ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਗਰਵ ਪੰਜਾਬ। ਮੈਂ ਹਾਂ ਸੰਦੇਸ਼ ਔਲਖ, ਲੈ ਕੇ ਹਾਜ਼ਰ ਹਾਂ ਚੰਦ ਸਮੇਂ ਦੇ ਵਿੱਚ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਟੌਪ 20 ਨਿਊਜ਼ ਦੇ ਜ਼ਰੀਏ, ਜਿਸ ਦੇ ਜ਼ਰੀਏ ਮੈਂ ਤੁਹਾਨੂੰ ਲੈ ਕੇ ਚੱਲੂੰਗੀ ਦੇਸ਼ ਦੁਨੀਆ ਦੀ ਸੈਰ ਕਰਵਾਉਣ ਦੇ ਲਈ, ਮਨੋਰੰਜਨ ਦੀ ਦੁਨੀਆ ਦੇ ਵੱਲ, ਖੇਡ ਜਗਤ ਦੀ ਦੁਨੀਆ ਵੱਲ, ਅਤੇ ਨਾਲ ਹੀ ਤੁਹਾਨੂੰ ਦੱਸਾਂਗੇ ਰਾਜਨੀਤੀ ਤੋਂ ਲੈ ਕੇ ਅਪਰਾਧ ਦੀ ਦੁਨੀਆ ਤੱਕ ਜੁੜੀ ਹੋਈ ਹਰ ਛੋਟੀ ਅਤੇ ਵੱਡੀ ਖਬਰ। ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ਨੂੰ ਲੈ ਕੇ ਚਿੰਤਿਤ ਖਾਦ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਸੰਸਦ ਦੇ ਅਗਲੇ ਸੈਸ਼ਨ ਵਿੱਚ ਨਵਾਂ ਖਪਤਕਾਰ ਬਿੱਲ ਲਿਆਏਗੀ, ਜਿਸ ਨਾਲ ਮਸ਼ਹੂਰ ਲੋਕਾਂ ਦੇ ਗੁੰਮਰਾਹ ਕਰਨ ਵਾਲੇ ਵਿਗਿਆਪਨ ਕਰਨ ਅਤੇ ਮਿਲਾਵਟ ਦੇ ਖਿਲਾਫ ਸਖ਼ਤ ਕਾਨੂੰਨ ਹੋਣਗੇ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਐਤਵਾਰ ਟੋਂਕ ਵਿੱਚ ਇੱਕ ਪ੍ਰੋਗਰਾਮ ਵਿੱਚ ਸਟੇਜ ਟੁੱਟ ਜਾਣ ਨਾਲ ਹਾਦਸੇ ਵਿੱਚ ਵਾਲ ਵਾਲ ਬਚੇ। ਪ੍ਰਾਪਤ ਜਾਣਕਾਰੀ ਅਨੁਸਾਰ ਗਹਿਲੋਤ ਟੋਂਕ ਵਿੱਚ ਮਾਲੀ ਸਮਾਜ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨ ਮਗਰੋਂ ਉਹਨਾਂ ਨੂੰ ਮਿਲਣ ਲਈ ਉਤਸ਼ਾਹਿਤ ਲੋਕਾਂ ਦੇ ਮੰਚ ਤੇ ਚੜ ਜਾਣ ਨਾਲ ਮੰਚ ਟੁੱਟ ਗਿਆ। ਹਾਲਾਂਕਿ ਹਾਦਸੇ ਵਿੱਚ ਗਹਿਲੋਤ ਨੂੰ ਕੋਈ ਸੱਟ ਨਹੀਂ ਲੱਗੀ, ਪਰ ਉਹਨਾਂ ਦੇ ਨਾਲ ਖੜੇ 4-5 ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਦੁਪੱਖੀ ਅਤੇ ਖੇਤਰੀ ਮੁੱਦਿਆਂ ਦੇ ਮਹੱਤਵਪੂਰਨ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਟਵੀਟ ਕੀਤਾ ਕਿ ਰੁਝੇਵੇਂ ਭਰੇ ਦਿਨ ਵਿੱਚ ਮੰਗਲਵਾਰ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਦੁਪੱਖੀ ਗੱਲਬਾਤ ਹੋਈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਹਾਈਵੇ ਅਤੇ ਸ਼ਿਪਿੰਗ ਮੰਤਰੀ ਪੀ ਰਾਧਾ ਕ੍ਰਿਸ਼ਨਨ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਸਪਤਾਲ ਵਿੱਚ ਭਰਤੀ। ਤਾਮਿਲਨਾਡੂ ਦੇ ਮੁੱਖ ਮੰਤਰੀ ਜੈਲਲਿਤਾ ਦੀ ਸਿਹਤ ਦਾ ਹਾਲ ਚਾਲ ਜਾਣਨ ਲਈ ਜਲਦ ਹੀ ਚੇਨਈ ਆਉਣਗੇ। ਜ਼ਿਕਰਯੋਗ ਹੈ ਕਿ ਜੈਲਲਿਤਾ ਬੁਖਾਰ ਅਤੇ ਡੀਹਾਈਡਰੇਸ਼ਨ ਕਾਰਨ 22 ਸਤੰਬਰ ਤੋਂ ਅਪੋਲੋ ਹਸਪਤਾਲ ਵਿੱਚ ਭਰਤੀ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਦੇ ਅਰੁਣ ਜੇਟਲੀ ਅਤੇ ਅਮਿਤ ਸ਼ਾਹ ਸਣੇ ਕਈ ਉੱਘੇ ਨੇਤਾ ਉਹਨਾਂ ਦੀ ਸਿਹਤ ਦਾ ਹਾਲ ਪਤਾ ਕਰਨ ਲਈ ਹਸਪਤਾਲ ਜਾ ਚੁੱਕੇ ਹਨ। ਪਾਕਿਸਤਾਨ ਦੇ ਨਿਸ਼ਾਨਾ ਕੱਸਦੇ ਹੋਏ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਉਹ ਆਪਣੀ ਸਭ ਤੋਂ ਪਿਆਰੀ ਔਲਾਦ ਬਣ ਚੁੱਕੇ ਅੱਤਵਾਦ ਦੇ ਹਨੇਰੇ ਨੂੰ ਗਲੇ ਲਗਾਉਂਦੇ ਅਤੇ ਫੈਲਾਉਂਦੇ ਹਨ। ਉਹਨਾਂ ਨੇ ਅੱਤਵਾਦ ਨਾਲ ਮੁਕਾਬਲੇ ਲਈ ਨਿਰਣਾਇਕ ਲੜਾਈ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਰਾਜ ਪ੍ਰਯੋਜਿਤ ਅੱਤਵਾਦ ਦੀ ਨਿੰਦਾ ਕਰਨ ਦੇ ਦਿਨ ਬਹੁਤ ਪਹਿਲਾਂ ਹੀ ਚਲੇ ਗਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਐਤਵਾਰ ਸ਼ਾਮ ਨੂੰ ਸੂਰਤ ਵਿੱਚ ਇੱਕ ਰੈਲੀ ਤੋਂ ਪਹਿਲਾਂ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਲੋਕ ਪਾਕ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਫੌਜ ਵੱਲੋਂ ਕੀਤੀ ਸਰਜੀਕਲ ਸਟ੍ਰਾਈਕ ਦਾ ਸਬੂਤ ਮੰਗਣ ਵਾਲੇ ਕੇਜਰੀਵਾਲ ਦੀ ਟਿੱਪਣੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਕਾਲੇ ਝੰਡੇ ਲਹਿਰਾਉਂਦੇ ਹੋਏ ਅਤੇ ਕਾਲੀ ਮਿੱਟੀ ਦੇ ਭਾਂਡੇ ਤੋੜਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਨੂੰ ਪਾਕਿਸਤਾਨ ਸਮਰਥਕ ਕਰਾਰ ਦਿੱਤਾ ਅਤੇ ਸੂਰਤ ਛੱਡਣ ਨੂੰ ਕਿਹਾ। ਹਰਿਆਣਾ ਦੇ ਇਲਾਹਾਬਾਦ ਵਿਧਾਨ ਸਭਾ ਖੇਤਰ ਵਿੱਚ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਰਾਜ ਇਲਾਕੇ ਵਿੱਚ ਘੱਗਰ ਨਦੀ ਦੇ ਪਾਣੀ ਦੇ ਇਸਤੇਮਾਲ ਕਰਨ ਦੇ ਉਦੇਸ਼ਾਂ ਨਾਲ ਨਹਿਰਾਂ ਨਾਲਿਆਂ ਦੇ ਨਿਰਮਾਣ ਲਈ ਯੋਜਨਾ ਤਿਆਰ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਇਹ ਗੱਲ ਕਹੀ। ਖੱਟਰ ਨੇ ਕਿਹਾ ਕਿ ਸਰਸਵਤੀ ਨਦੀ ਦੇ ਜਲ ਦੀ ਸਪਲਾਈ ਇਲਾਕੇ ਵਿੱਚ ਘੱਗਰ ਨਦੀ ਦੇ ਜ਼ਰੀਏ ਕੀਤੀ ਜਾਵੇਗੀ। ਇਹਨਾਂ ਨੇ ਇਲਾਹਾਬਾਦ ਵਿੱਚ ਇੱਕ ਜਨਸਭਾ ਵਿੱਚ ਇਹ ਗੱਲ ਕਹੀ। ਮੁਲਾਇਮ ਸਿੰਘ ਯਾਦਵ ਵੱਲੋਂ ਹਾਲ ਹੀ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ ਪਾਰਟੀ ਸੰਸਦੀ ਬੋਰਡ ਵੱਲੋਂ ਕੀਤੇ ਜਾਣ ਦੇ ਬਿਆਨ ਵਿੱਚ ਸਮਾਜਵਾਦੀ ਪਾਰਟੀ ਦੇ ਉੱਤਰ ਪ੍ਰਦੇਸ਼ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਤੇ ਉਹ ਖੁਦ ਅਖਿਲੇਸ਼ ਯਾਦਵ ਦੇ ਨਾਂ ਦਾ ਪ੍ਰਸਤਾਵ ਮੁੱਖ ਮੰਤਰੀ ਅਹੁਦੇ ਵਜੋਂ ਦੇਣਗੇ। ਯਾਦਵ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਪਾ ਨੂੰ ਸਪਸ਼ਟ ਬਹੁਮਤ ਮਿਲਦਾ ਹੈ ਤਾਂ ਉਹ ਆਪ ਯਾਦਵ ਦੇ ਨਾਂ ਨੂੰ ਮੁੱਖ ਮੰਤਰੀ ਅਹੁਦੇ ਲਈ ਦੇਣਗੇ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਅਤੇ ਕੰਟਰੋਲ ਲਾਈਨ 'ਤੇ ਪਾਕਿਸਤਾਨ ਵੱਲੋਂ ਐਤਵਾਰ ਨੂੰ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ। ਰੱਖਿਆ ਸੂਤਰਾਂ ਨੇ ਕਿਹਾ ਕਿ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਐਤਵਾਰ ਸ਼ਾਮ ਨੂੰ ਪਾਕਿਸਤਾਨੀ ਸਨਾਈਪਰਾਂ ਨੇ ਸੁਰੇਸ਼ ਕੁਮਾਰ ਨਾਂ ਦੇ ਇੱਕ ਜਵਾਨ ਨੂੰ ਨਿਸ਼ਾਨਾ ਬਣਾਇਆ। ਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਤਰਾਖੰਡ ਨੇਪਾਲ ਸਰਹੱਦ ਤੇ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਥਿਤੀ ਬਰਤਾ ਰਿਕਟਰ ਪੈਮਾਨੇ ਤੇ 4.0 ਸ਼ਿਫਰ ਮਾਪੀ ਜਾ ਰਹੀ ਹੈ। ਫਿਲਹਾਲ ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਤੇ ਕਾਂਗਰਸ ਪਾਰਟੀ ਵੱਲੋਂ ਰੋਸ ਵਿਖਾਵਾ ਕਰਨ ਦੇ ਐਲਾਨ ਨੂੰ ਹਾਸੋਹੀਣਾ ਦੱਸਦਿਆਂ ਇਸ ਨੂੰ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦੀ ਦਿਨੋ ਦਿਨ ਡਿੱਗ ਰਹੀ ਸ਼ਾਖ ਕਾਰਨ ਉਸ ਵੱਲੋਂ ਬੁਖਲਾਹਟ ਵਿੱਚ ਲਿਆ ਗਿਆ ਫੈਸਲਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਅਤੇ ਕੈਪਟਨ ਲੋਕ ਵਿਖਾਵੇ ਲਈ ਜੋ ਮਰਜ਼ੀ ਕਰੇ, ਪਰ ਉਹਨਾਂ ਦੀਆਂ ਪੰਜਾਬ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਮਾੜੀ ਸੋਚ ਅਤੇ ਮਾੜੇ ਕਾਰਿਆਂ ਤੋਂ ਲੋਕ ਭਲੀ ਭਾਂਤੀ ਜਾਣੂ ਹਨ।
ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਸ਼ਰਾਬ ਮਾਫੀਆ ਅਤੇ ਪੰਜਾਬ ਸਰਕਾਰ ਤੇ ਸਿਆਸੀ ਹਮਲਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਸ਼ਰਾਬ ਅਤੇ ਡਰੱਗ ਮਾਫੀਆ ਨੇ ਪੰਜਾਬ ਪੁਲਿਸ ਅਤੇ ਅਕਾਲੀ ਆਗੂਆਂ ਦੀ ਸ਼ਹਿਰ ਤੇ ਸੂਬੇ ਨੂੰ ਬੁੱਚੜਖਾਨੇ ਵਿਚ ਬਦਲ ਦਿੱਤਾ ਹੈ। ਉਹ ਇੱਥੇ ਸ਼ਰਾਬ ਮਾਫੀਆ ਵੱਲੋਂ ਮੁਨਿਸ਼ ਤੇ ਕਰਵਾਏ ਗਏ ਕਤਲ ਮਗਰੋਂ ਹਮਦਰਦੀ ਪ੍ਰਗਟ ਕਰਨ ਆਏ ਸਨ। ਕਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਚ ਪ੍ਰਾਊਡ ਟੂ ਬੀ ਅਕਾਲੀ ਵਾਲੇ ਸਟਿੱਕਰ ਲਾਉਣ ਅਤੇ ਕਦੇ ਡੀ ਐਸ ਪੀ ਨੂੰ ਪ੍ਰਾਊਡ ਟੂ ਬੀ ਅਕਾਲੀ ਵਾਲਾ ਸ਼ੋਲ ਦੇ ਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਨ ਵਾਲੇ ਕਾਂਗਰਸ ਸ਼ਾਇਦ ਪੁਲਿਸ ਦੀਆਂ ਮਜਬੂਰੀਆਂ ਨੂੰ ਸਮਝਣ ਲੱਗ ਪਈ ਹੈ। ਬਾਦਲ ਦੀ ਕੋਠੀ ਅੱਗੇ ਲਾਏ ਧਰਨੇ ਦੀ ਸਰਪ੍ਰਸਤੀ ਮੌਕੇ ਕਾਂਗਰਸੀ ਆਗੂ ਰਵਨੀਤ ਬਿੱਟੂ ਦੇ ਪੁਲਿਸ ਪ੍ਰਤੀ ਸੁਰ ਬਦਲਦੇ ਹੋਏ ਨਜ਼ਰ ਆਏ। ਭਾਜਪਾ ਤੋਂ ਅਸਤੀਫਾ ਦੇਣ ਪਿੱਛੋਂ ਚੌਥੇ ਫਰੰਟ ਆਵਾਜ਼ ਪੰਜਾਬ ਨਾਲ ਸਿਆਸਤ ਵਿਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ। ਇਸੇ ਕੜੀ ਵਿਚ ਕਦੇ ਅਕਾਲੀ ਆਗੂ ਉਨ੍ਹਾਂ ਨੂੰ ਲੀਡਰ ਬਣਨ ਦੇ ਲਾਇਕ ਨਹੀਂ ਦੱਸਦੇ ਤਾਂ ਕਦੇ ਬਸਪਾ ਆਗੂ ਉਨ੍ਹਾਂ ਨੂੰ ਸਿਰੇ ਦੇ ਡਰਾਮੇਬਾਜ਼ ਕਹਿੰਦੇ ਨੇ। ਇਸੇ ਤਰ੍ਹਾਂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਬਣੇ ਹੋਏ ਹਨ ਨਵਜੋਤ ਸਿੰਘ ਸਿੱਧੂ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਕਿਸਾਨ ਮੋਰਚਾ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ ਅੰਮ੍ਰਿਤਸਰ ਵਿਚ ਕੰਧਾਂ ਤੇ ਹੋ ਰਹੀ ਮੀਨਾਕਾਰੀ ਤੇ ਬਾਦਲ ਸਰਕਾਰ ਨੂੰ ਘੇਰਿਆ ਹੈ। ਜ਼ੀਰਾ ਦਾ ਕਹਿਣਾ ਹੈ ਕਿ ਬਾਦਲ ਔਰੰਗਜ਼ੇਬ ਦੀ ਦੂਜੀ ਰੂਹ ਹੈ ਤੇ ਬਾਦਲ ਪੰਜਾਬ ਚੋਂ ਸਿੱਖੀ ਨੂੰ ਖਤਮ ਕਰਨ ਜਾ ਰਹੀ ਹੈ। ਬਾਦਲਾਂ ਦੇ ਨਾਲ ਨਾਲ ਜ਼ੀਰਾ ਨੇ ਐਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲੰਬੇ ਹੱਥੀ ਲਿਆ। ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡੋ ਟਰੰਪ ਨੇ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਦਾ ਡਰੱਗ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਐਤਵਾਰ ਨੂੰ ਹੋਈ ਆਮਣੋ ਸਾਹਮਣੀ ਬਹਿਸ ਦੌਰਾਨ ਹਿਲੇਰੀ ਅਤੇ ਉਤਸ਼ਾਹਿਤ ਦਿਖੀ ਅਤੇ ਉਸ ਮਗਰੋਂ ਉਹ ਮੁਸ਼ਕਿਲ ਨਾਲ ਆਪਣੀ ਕਾਰ ਤੱਕ ਪਹੁੰਚ ਸਕੀ। ਯਕੀਨੀ ਤੌਰ ਤੇ ਉਹ ਕੁਝ ਅਸਹਿਜ ਲੱਗ ਰਹੀ ਸੀ, ਇਸ ਲਈ ਅਗਲੇ ਹਫ਼ਤੇ ਹੋਣ ਵਾਲੀ ਅੰਤਿਮ ਬਹਿਸ ਤੋਂ ਪਹਿਲਾਂ ਹਿਲੇਰੀ ਅਤੇ ਮੇਰਾ ਡਰੱਗ ਟੈਸਟ ਕਰਵਾਇਆ ਜਾਵੇ। ਰੂਸ ਨੇ ਜਪਾਨ ਸਾਗਰ ਤੋਂ ਉੱਤਰੀ ਕੋਰੀਆ ਦੀਆਂ ਮੱਛੀਆਂ ਫੜਨ ਵਾਲੀ ਕਿਸ਼ਤੀ ਫੜੀ ਹੈ। ਇਸ ਦੌਰਾਨ ਝੜਪ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 8 ਹੋਰ ਜ਼ਖਮੀ ਹੋ ਗਏ। ਰੂਸ ਨੇ ਉੱਤਰੀ ਕੋਰੀਆ ਦੀ ਇਸ ਕਿਸ਼ਤੀ ਨੂੰ ਨਾਜਾਇਜ਼ ਕਰਾਰ ਦਿੱਤਾ ਹੈ। ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਰੂਸ ਦੇ ਸਰਹੱਦੀ ਗਾਰਡ ਦੀ ਇਕ ਗਸ਼ਤੀ ਕਿਸ਼ਤੀ ਨੇ ਉੱਤਰ ਕੋਰੀਆ ਦੀ ਉਪਰੋਕਤ ਕਿਸ਼ਤੀ ਨੂੰ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10:20 ਤੇ ਰੋਕਿਆ। ਪਾਕਿਸਤਾਨ ਵਿਚ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਮਾਲਕੀ ਵਾਲੇ ਨਿੱਜੀ ਸਕੂਲਾਂ ਨੇ ਪੰਜਾਬੀ ਨੂੰ ਖਰਾਬ ਭਾਸ਼ਾ ਦੱਸਦੇ ਹੋਏ ਕੰਪਲੈਕਸ ਦੇ ਅੰਦਰ ਅਤੇ ਬਾਹਰ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮ ਸੁਸਾਇਟੀ ਆਫ ਲਿੰਕ ਸੈਂਟਰ ਦੇ ਅਭਿਨੇਤਾ ਰੋਬਰਟ ਡੀ ਨੀਰੋ ਨੂੰ ਆਪਣੇ 44ਵੇਂ ਸਾਲਾਨਾ ਚੈਪਲਿਨ ਪੁਰਸਕਾਰ ਲਈ ਚੁਣਿਆ ਗਿਆ ਹੈ। ਨੀਰੋ ਨੂੰ ਆਪਣੇ 4 ਦਹਾਕਿਆਂ ਦੇ ਅਭਿਨੇ ਕਰੀਅਰ ਲਈ 2017 ਦੀ ਟਰਾਫੀ ਦਿੱਤੀ ਜਾਵੇਗੀ। ਫਿਲਮ ਸੁਸਾਇਟੀ ਵੱਲੋਂ ਡੀ ਨੀਰੋ ਨੂੰ ਬਸੰਤ ਦੇ ਇੱਕ ਉਤਸਵ ਵਿੱਚ ਸਨਮਾਨਿਤ ਕੀਤਾ ਜਾਵੇਗਾ। ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਦੇ ਤੀਜੇ ਸੈਂਕੜੇ ਦੇ ਦਮ ਤੇ ਦਿੱਲੀ ਨੇ ਮਹਾਰਾਸ਼ਟਰ ਵਿਰੁੱਧ ਰਣਜੀ ਟਰਾਫੀ ਗਰੁੱਪ ਬੀ ਮੈਚ ਵਿਚ ਚੌਥੇ ਅਤੇ ਆਖਰੀ ਦਿਨ ਐਤਵਾਰ ਨੂੰ 590 ਦੌੜਾਂ ਬਣਾਈਆਂ, ਪਰ ਦਿੱਲੀ ਦੀ ਟੀਮ ਪਹਿਲੀ ਪਾਰੀ ਵਿਚ ਬੜਤ ਹਾਸਲ ਕਰਨ ਤੋਂ ਖੁੱਜ ਗਈ। ਦਿੱਲੀ ਅਤੇ ਮਹਾਰਾਸ਼ਟਰ ਵਿਚਾਲੇ ਇਸ ਮੁਕਾਬਲੇ ਵਿਚ ਕੱਲ੍ਹ ਤੱਕ ਮਹਾਰਾਸ਼ਟਰ ਦੇ ਕਪਤਾਨ ਸਵਪਨਿਲ ਗੁਗਾਲੇ ਅਤੇ ਅੰਕਿਤ ਬਾਵਲੇ ਵਿਚਾਲੇ ਪਹਿਲੀ ਸ਼੍ਰੇਣੀ ਕ੍ਰਿਕਟ ਦੀ 594 ਦੌੜਾਂ ਦੀ ਵਿਸ਼ਵ ਰਿਕਾਰਡ ਸਾਂਝੇਦਾਰੀ ਦੀ ਚਰਚਾ ਚੱਲ ਰਹੀ ਸੀ, ਪਰ 19 ਸਾਲਾਂ ਵਿਕਟਕੀਪਰ ਪੰਤ ਨੇ ਆਪਣੀ ਚੌਥੇ ਹੀ ਪਹਿਲੀ ਸ਼੍ਰੇਣੀ ਵਿਚ 308 ਦੌੜਾਂ ਦੀ ਬਿਹਤਰੀਨ ਪਾਰੀ ਖੇਡ ਕੇ ਸਾਰੀ ਵਾਹਵਾਹੀ ਲੁੱਟ ਲਈ। ਟੌਪ 20 ਨਿਊਜ਼ ਦੇ ਵਿੱਚ ਬਸ ਇਹਨਾਂ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਆਪਣੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਆਈ ਡੀ ਹੈ sandesh@holisticbroadcasting.com। ਟੌਪ 20 ਨਿਊਜ਼ ਦੇ ਵਿੱਚ ਹਾਲ ਫਿਲਹਾਲ ਇਹਨਾਂ ਹੀ, ਕੱਲ੍ਹ ਫਿਰ ਹੋਊਗੀ ਮੁਲਾਕਾਤ। ਉਦੋਂ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।